हाँ जी प्यार भाई, सत श्रीकाल जी। सारा की हाल चाल जी? सारा दे लो जी, सानू नेरा हो गया ब्लॉग, आप नेरे शूट कर लगे हैं। मुंडे ने फड़ी लाइट, पहले इंट्रोडक्शन कर दी शैली ना। सत श्रीकाल जी। हाँ जी हाँ जी, सत श्रीकाल। दोबारा कह दो सत श्रीकाल जी। सारे जी, हम दिखता सी। आप पहुंचे हाँ जी, पिंड कहड़ा? बरियाम। हाँ जी बरियाम। बरियाम बरियाम तो बरियाम बरियाम बरियाम। हाँ जी, मेरा मुंह ज्यादा चिट्टा होता, माड़ा लाइट घट कर लो साहब जी। पता नहीं कितना चिट्टा होना पे यार, इन्ना चिट्टा होता तो नहीं सी। यूट्यूब चैनल शुरू हुए ते तुहानू पता लग गया होना, काफी दोस्त देखते पे आ, घट्टो घट 7-8 लाख बंदा देखता उन्होंने, ते आपां तुहानू मिलाउंदे भी अंदर जाके रौनक लगियां पूरियां। सानू हो गया नेरा, तुसीं देख सकते हैं नेरे च आपां व्लॉग शूट करते हैं, ते घूम फिर के आए आपां पूरा सारिया को बह के। पहला मनपुर गए सी, उत्थे गल्लां बातां चेता भुल गया मैनूं ब्लॉग बनाउण दा, इत्थे भी बस चेता भुल्लिया सीगा, गल्लां बातां यादियां छड़ गईआं, ते मैं कहा चलो ब्लॉग बना ही लैंदे आं। ते हुण आपां चलने अंदर, तुहानूं मिलाउंदे आं सारिआं नाल, उधर सुबह बनावांगे ब्लॉग। हां सुबह बना लवांगे। चलो चलो हुण तुहानूं मिला लैंदा, दूसरा कैमरा ऑन कर लैंदा मैं। आ तुसीं एंट्री सारिआं वीडियो च देखी होणी वैसे तां। माय हाउस इह घर हैगा जी साडे, मेरे ने। हां जी सरदार जी, मेरे बापू दा कह लगा सरदार। ਤੁਸੀਂ ਪਛਾਣ ਲਿਆ ਹੋਣਾ ਤੇ ਰੈੱਡ ਰੈੱਡ ਆਹ ਚਮਕਾਰ ਜੀ ਬਹੁਤ ਪੈਂਦੀ ਹੈ। ਹਾਂਜੀ ਭਾਈ, ਇਹ ਆ ਜੀ ਆਪਣੇ ਇੱਥੇ ਦੇ ਏਰੀਏ ਦੇ ਜਿਹੜੇ ਹੈਗੇ ਆ, ਜਿਨ੍ਹਾਂ ਨੇ ਯੂਟਿਊਬ ਨੂੰ ਸਟਾਰਟ ਕੀਤਾ ਅਸਲ ਦੇ ਵਿੱਚ, ਇੱਥੋਂ ਦੇ ਕਿੰਗ ਮੇਕਰ, ਕਿੰਗ ਤੇ ਕਿੰਗ ਮੇਕਰ ਹੈ। ਤੇ ਆਹ ਛੋਟਾ ਕਿੰਗ ਹੈ, ਇਹ ਫੋਨ ਵਾਲੇ ਰਹਿੰਦਾ 24 ਘੰਟੇ। ਇਹਨਾਂ ਨੂੰ ਤੁਸੀਂ ਜਾਣਦੇ ਆ, ਸਾਰੇ ਜਾਣਦੇ ਹੋਣੇ ਆ ਹੈ। ਨਹੀਂ ਇਹ ਪ੍ਰਿੰਸੈਸ ਹੈ, ਪ੍ਰਿੰਸੈਸ ਹੈ। ਆ ਪ੍ਰਿੰਸ ਆ ਜੀ, ਦਾਸ ਹੁਣਾ ਵੱਲੋਂ ਸਤਿ ਸ਼੍ਰੀ ਅਕਾਲ। ਉਹ ਦਾਸ ਦੇ ਵਰਗਾ ਬਾਤ ਕਰਨ ਲੱਗਣ ਦੀ। ਇਹ ਆ ਜੀ ਕਵੀਰ, ਇਹ ਆ ਜੀ ਇਹਨਾਂ ਦੇ ਮੰਮਾ, ਸੁਪਰ ਕਵੀਰ। ਮੈਂ ਇਹਨਾਂ ਦੇ ਮੰਮਾ। ਹਾਂਜੀ ਸਰ, ਹਾਂ ਤੁਸੀਂ ਸਾਰੇ ਜਾਣਦੇ ਹੋਣੇ ਆ ਜੀ। ਇਹ ਮੇਰੀ ਘਰ ਵਾਲੀ ਆ, ਮੇਰੇ ਨਾਲ ਦੀ। ਨਹੀਂ ਇਹਨਾਂ ਦੀ ਕੁੜੀ ਨਾਲ ਦੀ ਆ ਜੀ। ਕੋ ਮੈਂ ਕਵੀਰ। ਹੋਰ ਕਮਲ ਭਾਈ, ਪਹਿਲਾਂ ਤੁਹਾਡੇ ਤੇ ਆਏ ਨੇ ਆ। ਕਮਲ ਭਾਈ, ਕਮਲ ਭਾਈ, ਕਮਲ ਪਾਇਆ ਜਿਹਨੇ ਸਾਰੇ। ਹਾਂ ਜਿਹਨਾਂ ਨੇ ਸਾਰਿਆਂ ਕਮਲ ਪਾਇਆ, ਕਮਲ ਪਾਇਆ। ਸਹੀ ਗੱਲ ਆ। ਤੁਸੀਂ ਕਿੱਦਾਂ ਸੋਚਿਆ ਇਸ ਲੈਣ ਨੂੰ ਫੰਡ ਦਾ, ਕਿਤੇ ਯੂਟਿਊਬ ਚ ਆਉਣਾ ਆ, ਆ ਕੇ ਆ ਕੁਝ ਕਰਨਾ ਆ? ਮੈਂ 24-25 ਮਿੰਟਾਂ ਦੀ ਇੰਟਰਵਿਊ ਦਿੱਤੀ ਆ ਇਸ ਮਾਮਲੇ ਦੇ ਵਿੱਚ। ਨਹੀਂ ਆਪਾਂ ਆਪਣੀ ਇੰਟਰਵਿਊ ਲੈਣੀ ਆ ਜਦੋਂ। ਹਾਂਜੀ ਬਸ ਬੇਰੁਜ਼ਗਾਰੀ। ਮੈਂ ਬਾਹਰ ਹੀ ਦੁਬਈ, ਉੱਥੇ ਮੈਂ 2-2.5 ਮਹੀਨੇ ਆਪਣੇ ਕਮਰੇ ਦੇ ਵਿੱਚ ਬੈਠਾ ਰਿਹਾ। ਉਸ 2-2.5 ਮਹੀਨੇ ਮੈਂ ਪੂਰੀ ਯੂਟਿਊਬ ਦੀ ਰਿਸਰਚ ਕੀਤੀ ਹੈ ਕਿ ਕਿਵੇਂ ਚਲਾਉਣਾ ਵਾ, ਕਿਵੇਂ ਕੰਮ ਕਰਨਾ ਵਾ। ਬਾਕੀ ਇੱਕ ਜਜ਼ਬਾ ਪੂਰਾ ਮਨ ਦੇ ਵਿੱਚ ਕਿ ਕਰਨਾ ਹੀ ਆ ਕੁਛ ਨਾ ਕੁਛ, ਤਾਂ ਕਰਤਾ। ਕਰਤਾ ਕੰਮ ਉਹੀ ਜਿੱਥੋਂ ਸਾਰੇ ਡਰਦੇ ਸੀ। ਬਾਕੀ ਇਹ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਰਿਸਕ ਸੀ, ਬਹੁਤ ਵੱਡਾ ਰਿਸਕ। ਜਿਵੇਂ ਨੋਰਮਲ ਲੋਕ ਆਪਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਵਗੈਰਾ ਪਾਉਣ ਤੋਂ ਡਰਦੇ ਆ ਨਾ, ਤੇ ਇਹ ਮੇਰਾ ਬੜਾ ਵੱਡਾ ਰਿਸਕ ਸੀ ਕਿ ਮੈਂ ਆਪਣੀ ਫੈਮਿਲੀ ਨੂੰ ਸਾਰੀ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਇਆ। ਕਿਉਂ ਦੇਖੋ ਅੱਜ ਇਹਨਾਂ ਸਾਰੇ ਭੈਣ ਭਰਾਵਾਂ ਦੇ ਸਾਥ ਨਾਲ, ਵਾਹਿਗੁਰੂ ਦੀ ਕਿਰਪਾ ਨਾਲ ਮੈਂ ਚਲੋ ਕੁਛ ਮਾਇਨਾ ਦੇ ਵਿੱਚ ਕਾਮਯਾਬ ਹਾਂ, ਬਟ ਅਗਰ ਮੈਂ ਨਾ ਕਾਮਯਾਬ ਹੁੰਦਾ ਜਾਂ ਮੈਂ ਨਾ ਚੱਲਦਾ ਤਾਂ ਜਿਹੜੇ ਮੇਰੇ ਕੁਛ ਰਿਲੇਟਿਵ ਆ ਜੋ ਜਾਣਣ ਪਛਾਣਣ ਵਾਲੇ ਅੱਜ ਬੜੀ ਇੱਜ਼ਤ ਦੀ ਨਜ਼ਰ ਨਾਲ ਵੇਂਦੇ ਆ, ਉਹਨਾਂ ਸਾਰੇ ਜਣਿਆਂ ਨੇ ਮੈਨੂੰ ਮਖੌਲ ਕਰਿਆ ਕਰਨਾ। ਹਾਂ ਸਹੀ ਗੱਲ ਹੈ, ਇਹ ਕਿ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਰਿਸਕ ਸੀ ਕਿ ਮੈਂ ਆਪਣੀ ਭੈਣ ਨੂੰ, ਆਪਣੀ ਮਾਂ ਨੂੰ, ਆਪਣੀ ਵਾਈਫ ਨੂੰ, ਉਹਨਾਂ ਨੂੰ ਮੈਂ ਇੱਥੇ ਸੋਸ਼ਲ ਮੀਡੀਆ 'ਤੇ ਲੈ ਕੇ ਆਇਆ। ਇਹ ਚੀਜ਼ਾਂ ਮੈਂ ਹੁਣ ਸੋਚਦਾ ਅਤੇ ਮੈਂ ਸੱਚ ਪੁੱਛੋ ਤਾਂ ਡਰਦਾ ਵਾਂ, ਅਜੇ ਵੀ ਕਈ ਵਾਰ ਮੈਂ ਡਰ ਜਾਂਦਾ ਵਾਂ ਕਿ ਬਾਏ ਦਾ ਵੇ ਅਗਰ ਮੈਂ ਕਾਮਯਾਬ ਨਾ ਹੁੰਦਾ ਤੇ ਮੇਰੀ ਸਾਰੀ ਫੈਮਿਲੀ ਦਾ ਕੀ ਬਣਦਾ। ਪਰ ਭਾਈ ਇਤਿਹਾਸ ਵਾਲਿਆਂ ਨੇ ਇੰਨਾ ਪਿਆਰ ਦਿੱਤਾ, ਵਾਹਿਗੁਰੂ ਨੇ ਇੰਨਾ ਸਾਥ ਦਿੱਤਾ ਤੇ ਮੇਰੀ ਫੈਮਿਲੀ ਨੇ ਬੜਾ ਸਾਥ ਦਿੱਤਾ, ਕਿਰਪਾ ਵਾਹਿਗੁਰੂ ਦੀ। ਹਾਂਜੀ ਫੈਮਿਲੀ ਸਾਰੇ ਆਪਾਂ ਅੱਜ ਇੱਕ ਫੈਮਿਲੀ ਆ, ਤੇ ਵੱਡੀ ਗੱਲ ਇਹ ਆ ਕਿ ਇਤਿਹਾਸ ਗਵਾ, ਜਿਹਨੇ ਰਿਸਕ ਲਿਆ ਹੈ ਕਾਮਯਾਬ ਉਹੀ ਹੋਇਆ, ਸਿੱਧਾ ਹਿਸਾਬ, ਰਿਸਕ ਲੈਣੇ ਪੈਂਦੇ ਆ। ਹਾਂਜੀ ਮੈਡਮ ਜੀ, ਤੁਸੀਂ ਕਹਿੰਦੇ ਨਹੀਂ ਹੁੰਦੇ ਮਾਉਂਟਰ ਟੂ ਗਾੜੀ ਕੀ ਸੀ, ਮਾਉਂਟੇਡਿਊ ਡਰ ਕੇ ਆਗੇ ਜੀਤ ਹੈ। ਹਾਂਜੀ ਉਹ ਮਾਉਂਟੇਡਿਊ ਬੋਲਾ ਸੀ, ਡਰ ਕੇ ਆਗੇ ਜੀਤ ਹੈ। ਉਹ ਗਾੜੀ ਪਹਿਲਾਂ ਵੀ ਲੱਗੀ।
जिदा मर्जी आ प्रीति दीदी नूं ना पूरी दुनिया इस टाइम पसंद करदी पूरी 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 मैं गवाह आ मेरे चैनल नूं चलाउण विच प्रीत दा बहुत सब तों वड्डा हाथ हां ते अपना इहदा चलाउण अपना इहदा चलाउण दे विच सिर्फ ते सिर्फ इहदा हाथ हां मेरा चैनल चलाउण दे विच ते इहदा हाथ है ही है वा पर जिहड़ा इहदा अपना चैनल चलण डिया वा अज कोई क्रेडिट बेशक लैंदा फिरे कि भाई साडा पंजाब चैनल जिहड़ा ओह मैं चलाउंदा वा है ना मेरे करके चल दिया वड्डी वड्डी गल है आ देखो जी इधर इहनां दा चैनल मेन इहनां दे करके चलिया हां गल इत्थे खतम हुंदी है साडा पंजाब चैनल दी अगर जिहड़ी नी आ ना ओह प्रीति रखी है हां सही गल है विचार सुन लेने चलो ए गल जेडी है ना ए जदो बंदे हर तरह दे आ वीडियो भी बड़े चंगे भी लगते पर अहीं समझदा ना मेरे ते क्या ना रख वापरी है जदों दी मैं बड़े जाने नूं सुनाई है पर जिहड़ा ऑन कैमरा अज फर्स्ट टाइम तुहाडे चैनल ते लगा दसन 2009 दी गल आ 2009 दी गल ओदो मैं ग्रेडर सिखण गया ही ग्रेडर सिखण वास्ते गया ही ते तकरीबन 10 महीने मैं हेल्पर ही कर चुका ओदो ते फरीदाबाद दे विच चलदा ही ग्रेडर मेरा ओदो भी हेल्पर ही गा मैं ते गर्मियां दे दिन सैक्टर एरिया च आपां रहिंदे ही शाम का टाइम ते सानू इंजीनियर कहिंदे कि जाओ पानी लैके आओ पेट्रोल पंप तो फिल्टर पानी तो मोटरसाइकिल उदो नवा नवा सीखा ही माड़ा मोटा मैं तो बड़ा मैनू चा कि मोटरसाइकिल ते जाना आ मैं हा कोई गल नहीं चल जाने आ पहला तो मैं ना हाफ वह पाया कैपरी जी तो बनैन दूजी पाई मैं हा इदा जाना कपड़िया च फिर मैं हा मना चल कपड़े पा ही लै मैं कपड़े पा ले तो नाल मेरे उन्हें घला था नेपाली ਉਹ ਦੋ ਦੇਤੇ ਉਹਨਾਂ ਪਾਣੀ ਵਾਲੇ ਨੀ ਹੁੰਦੇ ਜਿਹੜੇ ਪੈਪਰ ਚ ਲਾਈ ਦੇ ਆ ਫਰਿੱਜ ਜੀ ਦੇ ਉੱਤੇ ਉਹ ਨੇਪਾਲੀ ਨੇ ਉਹ ਦੋਵੇਂ ਫੜੇ ਤੇ ਸੀਵੀ ਹਾਂ ਕੈਨ ਸੀਵੀ ਜੈਡ ਮੋਟਰਸਾਈਕਲ ਉਹਨਾਂ ਕੋਲੋਂ ਤੇ ਮੈਨੂੰ ਮਾੜਾ ਮੋਟਾ ਉਦੋਂ ਚਲਾਉਣਾ ਹੁੰਦਾ ਸੀ ਮਤਲਬ ਠੀਕ ਠਾਕ ਮਤਲਬ ਬਿੰਦਾ ਖੁੱਲ ਕੇ ਨਹੀਂ ਆਉਂਦਾ ਖੁੱਲ ਕੇ ਨਹੀਂ ਆਉਂਦਾ ਕੌਨਫੀਡੈਂਸ ਨਾਲ ਨਹੀਂ ਆਉਂਦਾ ਹਾਂ 2009 ਚ ਇੱਥੇ ਕੀ ਜਿੱਡੇ ਹੁੰਦਾ ਮੈਂ ਲੈ ਗਿਆ ਉਹਨੂੰ ਬਿਠਾਇਆ ਮਗਰ ਤੇ ਸੈਕਟਰ ਏਰੀਆ ਤੁਹਾਨੂੰ ਪਤਾ ਰੋਡ ਖੁੱਲੇ ਡੁੱਲੇ ਬੜੇ ਨਵੇਂ ਨਵੇਂ ਮੈਂ ਮੋਟਰਸਾਈਕਲ ਨਾ 50 ਤੇ 50 ਤੋਂ 60 ਤੇ ਨੇਪਾਲੀ ਨੇ ਇਹ ਕਹਿਣਾ ਪਰ ਫੜੇ ਤੇ ਨੇਪਾਲੀ ਪਤਾ ਕੀ ਕਰੇ ਮਗਰ ਉਹ ਜਦੋਂ ਇਹਨੇ ਦੋ ਘੋੜੀ ਹੂ ਕੀਤਾ ਨਾ ਮੈਂ ਹੋਰ ਰੇਸ ਦਿੱਤੀ ਮੋਟਰਸਾਈਕਲ 70 ਤੇ ਉਹ ਨੇਪਾਲੀ ਫੇਰ ਫੀਲਿੰਗਾਂ ਲਵੇ ਮੋਟਰਸਾਈਕਲ ਸੀਧੇ ਅੱਗੇ ਆ ਗਿਆ ਮੋੜ ਮੋੜ ਨਾ ਮਤਲਬ ਲੰਮਾ ਮੋੜ ਸੀ ਯਕਦਮ ਵਾਲਾ ਮੋੜ ਨਹੀਂ ਯਕਦਮ ਵਾਲਾ ਹੁੰਦਾ ਤੇ ਮੈਂ ਖਿਲਾਰ ਲੈਣਾ ਸੀ ਉਹ ਮੋੜ ਹੀ ਆ ਲੰਮਾ ਜਿਹਾ ਮੇਰੇ ਮਨ ਦੇ ਵਿੱਚ ਫੀਲਿੰਗ ਆਈ ਕਿ ਹੀਰੋ ਵੀ ਤਾਂ ਮੋੜ ਹੀ ਹੁੰਦੇ ਮੈਂ ਬਸ ਫਿਰ ਉਹ ਟੇਢਾ ਜਿਹਾ ਕੀਤਾ ਅਸੀਂ ਦੋਵੇਂ ਲੈਣੇ ਆ ਘੜੀਸਦੇ ਪਏ ਆ
नेपाली तो बेचारा होके उठता ही मैं ना अपने मोटरसाइकिल नालों कोई 20-25 फुट जा के गांह कड़ी सदा गया मेरे ना वाल होंदे सी मैं एक बारी तो मैनू पता मतलब एक दो सैकंड तक तो पता ही नहीं लगा होया की आ मैं छेती छेती उठिया वाल बन्ने जाके मोटरसाइकिल चुकया अपना पहला मैं मोटरसाइकिल चुकया मोटरसाइकिल चुक के मैं सीधा किया मैं उदो डर बड़ा हैल्पर हैगा मोटरसाइकिल सट पेट लग गई नी अपने सट्ट पेट का कोई ख्याल ही नहीं किन्ने चिर बाद नेपाली बेचारा आया हाथ बढ़िया मेरे को हाथ बेचारा इतो सारे फट गया मोडे माडे ना आ मोडा क्रैक हो गया ही नेपाली मेनू आके पता की कहता मिस कॉल मारो मेरा फोन उधर गिर गया मामा तेन मिस कॉल दी पई आ ए दस बज गया मैं तो उठता ही गया बाद गया कि मैं मोटरसाइकिल लैके गया कंपनी में मैं उन्हां ने कहा कि ऐदा ना साडे गाड़ी कुत्ता आ गया तो अस डिग गए सच तो दसिया नहीं मैं ठीक ठाक मैं मैं ठीक हाँ तुम नेपाली नू लै जाके नाले मैं फोन गवास गया इस गल मार दियो चलो ना जाके फोन फान लभ्या तो मैं सामा का टाइम जाके मैं अपना बल्ब बुल्ब जगाया मैं जिथों झग्गा चुका उथों लहू वगंडा उथे रगड़ा लगिया मेरिया अड़गा उड़गा सब सिलियां गई सानू हॉस्पिटल लै गए तो नेपाली बेचारा ना डॉक्टर नू कवे डॉक्टर साहब एक अंधा टूट गया डॉक्टर कहता नहीं नहीं टूटा नहीं उतरा है कहता नहीं डॉक्टर साहब कड़क कड़क की आवाज आई नेपाली नू पाता उन्होंने कंधे चढ़ाने वाला नेपाली एक महीना नेपाली का हाथ बेचारे का बजा रहा तो मैं एक महीना दूजे नाल रोटियां लवांदा रहा ना नेपाली की जगह थापे नाल बड़ा भरावा हां सच कहिंदा बाद च मैनू कहिंदा कहिंदा आज के बाद कसम खाता हूँ किसी सरदार के पीछे नहीं बैठूंगा मैं मामा बैठी जरूर पर बाकी सारी देन इन्हां दी है भैन भरावां दी जो सानू इन्ना जिन्हां ने माण बख्शिया इज्जत बख्शी आ ते बहुत ही सानू प्यार कीता एदां ही साडे नाल जुड़े रहो ते अगले साल भी वोटा सानू ही पाए अगले साल की वोटा दे हां तीजे दिन भी हुंदियां आ ते नहीं बहुत वधिया लगदा सच्ची जदों भैन भरा मिलदे आ जदों आपां जांदे आ ना किते बाहर ते इन्ने चाणा मिलदे आ ना इन्ना वधिया मतलब सानू ओह मतलब इन्नी तारीफ करदे जदों ते फिर वधिया लगदा कि सच्ची कुछ ना कुछ है आ साडे मतलब इस काम दे विच जो इन्हां नूं चंगा लगदा आ बिल्कुल हां जी ते आंटी तुसी कहना चाहुंदे आ तुहाडे मतलब लाडले ने गाह पाया पिया इत्थे तुहाडे तुहानूं किदां दा महसूस हुंदा बहुत वधिया सानूं लगदा वा बच्चे हसदे खेडदे वीडियो बणाउंदे आ अपना मन रंजन करदे आ दरबार साहब जांदे ने आपां ਘਸੁੰਨ ਬੱਟੇ ਜਿਹਾ ਬਣ ਕੇ ਬਹਿ ਜਾਂਦਾ ਹੁੰਦਾ ਹੀ ਆ ਕਿ ਖੁੱਲ ਕੇ ਬੰਦਾ ਨਾ ਕਿਨਾ ਖੇਲਦਾ ਨਾ ਕੁਛ ਕਰਦਾ ਅਸੀਂ ਇਦਾਂ ਇੱਥੇ ਆਏ ਹੋਏ ਖੁੱਲ ਕੇ ਨਜ਼ਾਰੇ ਲੈਂਦੇ ਆ ਕੋਈ ਲੱਗਾ ਹੀ ਨੀ ਓਪਰਾ ਜਾ ਸਾਰੇ ਆਪਣੇ ਪਰਿਵਾਰ ਹੀ ਆ ਦੇਖੋ ਵੱਡੀ ਗੱਲ ਹੈ ਅਸੀਂ ਕਿਸੇ ਨੂੰ ਵੀ ਜਾਣਦੇ ਨਹੀਂ ਸੀ ਪਰਸਨਲੀ ਤੇ ਹੁਣ ਅਸੀਂ ਬਾਹਰੋਂ ਆਏ ਹਾਂ ਤੇ ਹੁਣ ਦਿਲ 'ਚ ਸੀਗਾ ਕਿ ਤਮੰਨਾ ਸੀ ਕਿ ਮਿਲਣਾ ਹੀ ਆ ਸਾਰਿਆਂ ਨੂੰ ਤੇ ਹੁਣ ਮਿਲ ਕੇ ਪਤਾ ਨਹੀਂ ਕਦੋਂ ਸਬੱਬ ਮਿਲਣਾ ਜੀ ਤੇ ਇਹ 'ਚ ਸਾਰਿਆਂ ਦਾ ਬਹੁਤ ਜ਼ਿਆਦਾ ਨਾਈਸ ਆ
ਭੈਣ ਭਰਾ ਨਿੱਕੇ ਹੁੰਦੇ ਸੀ ਇੱਕ ਦੂਜੇ ਦੇ ਸਾਹਮਣੇ ਮੂੰਹ ਦੇ ਗਾਲਾਂ ਕੱਢਦੀ ਸੀਗੀਆਂ ਸੀ ਹਨਾ ਹਨਾ ਫੋਟੋ ਨਹੀਂ ਸੀ ਗੁੱਸਾ ਕਰੀ ਤਾਂ ਫਿਰ ਹੁਣ ਕੀ ਕਰਨਾ ਹਨਾ ਲੈਟ ਆ ਵਧੀਆ ਨੇ ਤੁਹਾਡਾ ਮੂੰਹ ਦੇ ਦਗਲੇ ਆ ਅਜੇ ਚਿੱਟੇ ਜੀ ਸਾਰੇ ਆਉਂਦੇ ਆ ਇਸ ਲਾਈਟ ਤੱਕ ਸਹੀ ਗੱਲ ਚਲੋ ਠੀਕ ਹੈ ਜੀ ਬਾਕੀ ਵਲੌਗ ਦਿਖਾ ਲਾਂਗੇ ਫਿਰ ਕਿਤੇ ਤੇ ਗੱਲਾਂ ਬਹੁਤ ਹੋ ਗਈਆਂ ਜੀ ਆਪਣੀਆਂ ਗੱਲਾਂ ਕਰਨੀਆਂ ਦੋ ਚਾਰ ਠੀਕ ਹੈ ਜੀ ਮਿਲਦੇ ਫੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹਾਂਜੀ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਕੀ ਹਾਲ ਚਾਲ ਜੀ ਸਾਰਿਆਂ ਦੇ ਲਓ ਜੀ ਸਵੇਰਾ ਹੋ ਗਿਆ ਤੇ ਆਪਾਂ ਉੱਠ ਗਏ ਆ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹਾਂਜੀ ਮਾਣੇ ਤੁਸੀਂ ਗੁੱਡ ਮਾਰਨਿੰਗ ਕਹਿ ਦੋ ਗੁੱਡ ਮਾਰਨਿੰਗ ਤੇ ਰਾਤ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੇ ਲਈਆਂ ਹੋਣੀਆਂ ਸਾਰੀਆਂ ਹਨਾ ਸਾਰੀਆਂ ਤੇ ਸੁਣੀਆਂ ਮਾੜੀਆਂ ਮੋਟੀਆਂ ਸਾਰੀਆਂ ਮਤਲਬ ਜਿੰਨੀਆਂ ਆਪਾਂ ਸੁਣਾਈਆਂ ਜਿੰਨੀਆਂ ਕੀਤੀਆਂ ਅਸਲੀ ਗੱਲਾਂ ਰਹਿ ਗਈਆਂ ਵਿਚਲੀਆਂ ਉਹ ਆਪਾਂ ਪਰਸਨਲੀ ਕਰ ਵੀ ਨਹੀਂ ਸਕਦੇ ਸੀਗੇ ਅੰਕਲ ਜੀ ਨੂੰ ਵੀ ਮਿਲਾ ਹਾਂਜੀ ਇਹ ਹੈਗਾ ਜੀ ਆਪਣੇ ਕਮਲ ਭਾਈ ਦੇ ਫਾਦਰ ਸਾਹਿਬ ਤੁਸੀਂ ਜਾਣਦੇ ਹੋਣੇ ਉਹਦਾ ਸਾਰੇ ਜਣੇ ਤੇ ਵੀਡੀਓ 'ਚ ਦੇਖਿਆ ਹੋਣਾ ਕਾਫੀ ਤੇ ਰਾਤ ਦੇ ਅਸੀਂ ਇੱਥੇ ਆਏ ਸੀਗੇ ਰੌਣਕਾਂ ਪੂਰੀਆਂ ਲੱਗੀਆਂ 12-1 ਵਜੇ ਤੱਕ ਤੇ ਹੁਣ ਅਸੀਂ ਇੱਥੋਂ ਰਵਾਨਾ ਹੋ ਜਾਣਾ ਤੇ ਵਿੱਕੀ ਭਾਈ ਨੇ ਜਾਣਾ ਸੀ ਜ਼ਰੂਰੀ ਕੰਮ ਤੇ ਭਾਅ ਜੀ ਨੇ ਮੈਂ ਕਿਹਾ ਚਲੋ ਵਲੌਗ ਬਣਾ ਲਈਏ ਜਾਂਦੇ ਜਾਂਦੇ ਨਾ ਅਲਵਿਦਾ ਪਹਿਲੇ ਕਹਿ ਲਈਏ ਫਿਰ ਪਤਾ ਨਹੀਂ ਕਦੋਂ ਆ ਹੋਣਾ ਕਿ ਨਹੀਂ ਬਹੁਤ ਵਧੀਆ ਲੱਗਾ ਭਾਅ ਜੀ ਹੋਣਾ ਨਾਲ ਮਿਲ ਕੇ ਫਸਟ ਟਾਈਮ ਆਏ ਲੇਕਿਨ ਲੱਗਾ ਹੀ ਨਹੀਂ ਕਿ ਪਹਿਲੀ ਵਾਰ ਮਿਲੇ ਆ ਜ਼ਿੰਦਗੀ ਦੇ ਵਿੱਚ ਇੱਕ ਫੈਮਿਲੀ ਦੀ ਤਰ੍ਹਾਂ ਸੀਗਾ ਇੰਨੀਆਂ ਗੱਲਾਂ ਸੀ ਨਾ ਕਿਤੇ ਖੁੱਲੇ ਕਰੀ ਦੀਆਂ ਜਿਹੜੀਆਂ ਇੱਥੇ ਕਰ ਲਈਆਂ ਸਹੀ ਗੱਲ ਆ ਹਾਂਜੀ ਬੰਦਾ ਗੱਲਾਂ ਵੀ ਉੱਥੇ ਕਰਦਾ ਦਿਲ ਦੀਆਂ ਜਿੱਥੇ ਪਤਾ ਆ ਕਿ ਆਪਸ ਵਿੱਚ ਕਰ ਸਕਦਾ ਹੈ ਕਿ ਜਿੱਥੇ ਘੁਲਿਆ ਮਿਲਿਆ ਹੁੰਦਾ ਬੰਦਾ ਉੱਥੇ ਕਰਦਾ ਇੱਕ ਵਾਰੀ ਮੈਨੂੰ ਲੱਗਾ ਕਿ ਹਾਂ ਵੀ ਅਸੀਂ ਉਪਰੇ ਘਰ ਆਏ ਆ ਜਾਂ ਉਪਰੇ ਬੰਦਿਆਂ 'ਚ ਬੈਠੇ ਆ ਤੇ ਵਿੱਕੀ ਭਾਈ ਨਾਲ ਉਦਾਂ ਨਾ ਕਾਫੀ ਟਾਈਮ ਤੋਂ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਫੋਨ ਤੇ ਹਨਾ ਉਹਦੇ ਰਿਲੇਸ਼ਨ ਜੇ ਬਣਿਆ ਸੀ ਪ੍ਰੀਤੀ ਭਾਬੀ ਨਾਲ ਤੇ ਵਿੱਕੀ ਭਾਈ ਨਾਲ ਤੇ ਕਮਲ ਭਾਜੀ ਨਾਲ ਕਦੀ ਵਾਰਤਾਲਾਪ ਹੋਈ ਸੀ ਤੇ ਉਹ ਵੀ ਇੱਥੇ ਆ ਕੇ ਹਨਾ ਜਿੱਦਾਂ ਵੀਡੀਓ 'ਚ ਹੋਰ ਹਿਸਾਬ ਦੇ ਲੱਗਦੇ ਆ ਉਦਾਂ ਮਿਲ ਗਏ ਹੋਰ ਹਿਸਾਬ ਦੇ ਲੱਗਦੇ ਬਹੁਤ ਵਧੀਆ ਲੱਗਾ ਸਾਰਿਆਂ ਨਾਲ ਮਿਲ ਕੇ ਬਹੁਤ ਦਿਲ ਦੇ ਵਧੀਆ ਸਾਰੇ ਇਨਸਾਨ ਜਿੰਨੇ ਵੀ ਇੱਥੇ ਹੈਗੇ ਆ ਤੇ ਹੁਣ ਅਸੀਂ ਖਾਣੀ ਆ ਰੋਟੀ ਪਾਣੀ ਤੇ ਉਸ ਤੋਂ ਰੋਟੀ ਪਾਣੀ ਖਾਣਾ ਤੇ ਉਸ ਤੋਂ ਬਾਅਦ ਆਪਾਂ ਹੋ ਜਾਣਾ ਰਵਾਨਾ ਤੇ ਅੱਜ ਸਿੱਧੇ ਹੀ ਆਪਾਂ ਜਾ ਰਹੇ ਹਾਂ ਤਲਵਣ ਸ਼ਾਇਦ ਹਨਾ ਤੇ ਮੰਮੀ ਹੁਣੀ ਉੱਥੇ ਗਏ ਤੇ ਮੰਮੀ ਹੁਣਾਂ ਨੂੰ ਉੱਥੇ ਰਿਸੀਵ ਕਰਨਾ ਤੇ ਘਰ ਨੂੰ ਜਾਣਾ ਬਾਕੀ ਰਿਪੋਰਟ ਤੁਹਾਨੂੰ ਜਾ ਕੇ ਦੇਵਾਂਗੇ ਕਿ ਲੋਕਡਾਊਨ ਹੁੰਦਾ ਜਾਂ ਨਹੀਂ ਹੁੰਦਾ ਬਾਕੀ ਡਿਸੀਜਨ ਉਹ ਤੋਂ ਬਾਅਦ ਆ ਜਰੂਰ ਆਵਾਂਗੇ ਫਿਰ ਤੇ ਵਿੱਕੀ ਭਾਈ ਫਿਰ ਆਵਾਂਗੇ ਜੇ ਨਾ ਲੋਕਡਾਊਨ ਜਰੂਰ ਜਰੂਰ ਵੈਲਕਮ ਆ ਜੀ ਵੈਲਕਮ ਆ ਫਿਰ ਵੀਡੀਓ ਬਣਾਵਾਂਗੇ ਕੋਈ ਗੱਲ ਨਹੀਂ ਜਰੂਰ ਬਣਾਵਾਂਗੇ ਤੇ ਵਿੱਕੀ ਭਾਈ ਹੁਣੀ ਬਹੁਤ ਜ਼ਿਆਦਾ ਬਿਜ਼ੀ ਸੀ ਕਿਉਂਕਿ ਫੈਮਿਲੀ ਥੋੜੀ ਪ੍ਰੋਬਲਮ ਸੀਗੀ ਤੇ ਉਹਨੇ ਵੇੜ ਲੈਣ ਨਾਲੇ ਘਰ ਵਗੈਰਾ ਸ਼ੁਰੂ ਕੀਤਾ ਆ ਵਧਾਈਆਂ ਸਾਰਿਆਂ ਨੂੰ ਚਲੋ ਬਾਕੀ ਗੱਲਾਂ ਬਾਤਾਂ ਫਿਰ ਕਰਦੇ ਆ ਜੀ ਤੇ ਭਾਅ ਜੀ ਨੂੰ ਆਪਾਂ ਅਲਵਿਦਾ ਕਹਿੰਦੇ ਆ ਕਿ ਭਾਅ ਜੀ ਤੁਸੀਂ ਜਾਓ ਕੰਮ ਜ਼ਰੂਰੀ ਹੈ ਤੁਹਾਡਾ ਪਹਿਲਾਂ ਤੇ ਬਾਕੀ ਗੱਲਾਂ ਬਾਤਾਂ ਫਿਰ ਮਿਲ ਕੇ ਕੱਲ ਮਾਗੇ ਹਨਾ ਬਾਏ ਓਕੇ ਮਾਣੇ ਬਾਏ ਕਰ ਦੋ ਬਾਏ ਉਹ ਦੇਖ ਬਾਏ ਕਰ ਦੋ ਬਾਏ 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 ਹਾਂਜੀ ਕੀ ਹਾਲ ਚਾਲ ਜੀ ਸਾਰਿਆਂ ਦੇ ਲਓ ਜੀ ਆਪਾਂ ਹੁਣ ਪਹੁੰਚੇ ਆ ਜੀ ਆਪਣੇ ਹੋਰ ਇੱਕ ਪਰਿਵਾਰ YouTube ਪਰਿਵਾਰ ਤੁਸੀਂ ਨਾਂ ਤਾਂ ਸਾਰਿਆਂ ਸੁਣਿਆ ਹੋਣਾ ਮਾਨਪੁਰ ਟੀਵੀ ਤੇ ਪਹਿਲਾਂ ਤੁਹਾਨੂੰ ਸਾਰਿਆਂ ਤੋਂ ਸਾਡੇ ਬਜ਼ੁਰਗਾਂ ਨਾਲ ਮਿਲਾਉਣੇ ਇਹ ਹੈਗੇ ਸਾਡੇ ਬੀਜੀ ਮੇਨ ਐਕਟਰਸ ਮੇਨ ਸਾਡੇ ਐਕਟਰ ਡਾਇਰੈਕਟਰ ਵੀ ਹੋਰ ਵੀ ਤੁਹਾਨੂੰ ਕਿੱਦਾਂ ਲੱਗਦਾ ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਬੜਾ ਸਤਿ ਸ੍ਰੀ ਅਕਾਲ ਜੀ ਮੇਰੇ ਬੱਚੇ ਠੀਕ ਠਾਕ ਰਹਿਣ ਵਧੀਆ ਤੁਹਾਡੇ ਸਿਰ ਤੇ ਬੱਚਿਓ ਸਾਰਿਆਂ ਦਾ ਕੰਮ ਚੱਲਣ ਰਿਹਾ ਵਾ ਹਾਂਜੀ ਇਹਨਾਂ ਵੱਲੋਂ ਇਹਨਾਂ ਦੇ ਹਾਂਜੀ ਹਾਂਜੀ ਵੀ ਭਾਜੀ ਦਾ ਨਾਮ ਰਮਨ ਹਾਂਜੀ ਇਹ ਸਾਡਾ ਬੇਟਾ ਰਮਨ ਸਾਨੂੰ ਮਿਲਣ ਵਾਸਤੇ ਆਇਆ ਵਾ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਤੇ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਜਿਹੜੀ ਆ ਉਹ ਮਤਲਬ ਸਪੋਰਟ ਕਰੋ ਦੇਖੋ ਜੀ ਇਹ ਜਿਹੜਾ ਬੇਟਾ ਹੈ ਮੇਰਾ ਰਮਨ ਇਹ ਸਾਨੂੰ ਬਹੁਤ ਦੂਰੋਂ ਕੋਸ਼ਿਸ਼ ਕਰਕੇ ਮਿਲਣ ਆਏ ਨੇ ਤੇ ਇਹਨਾਂ ਦਾ ਵੱਧ ਤੋਂ ਵੱਧ ਵੇਖੋ ਤੇ ਵੱਧ ਤੋਂ ਵੱਧ ਇਹਨਾਂ ਦਾ ਚਲਾਓ ਚੈਨਲ ਹਾਂ ਸਬਸਕ੍ਰਾਈਬ ਕਰ ਦਿਓ ਕਹਿੰਦੇ ਨਾਲ ਆ ਮੇਰੀ ਬੇਟੀ ਜੋਏ ਜੀ ਆਏ ਨੇ ਨਾਲ ਬੱਚੀਆਂ ਵੀ ਆਈਆਂ ਨੇ ਹਾਂਜੀ ਹਾਂਜੀ ਤੇ ਹੈਗੇ ਜੀ ਆਪਣੇ ਭਾਈ ਅਸੀਂ ਤਾਂ ਗੱਲ ਵੱਧ ਸੁਣਾ ਲੈਂਦੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਜ਼ਿਆਦਾ ਠੀਕ ਠਾਕ ਹੋ ਜੀ ਸਾਰੇ ਜ਼ਿਆਦਾਤਰ ਸਾਰੇ ਜਾਣਦੇ ਹੋਣੇ ਉਦਾਂ ਦਾ ਹਾਂਜੀ ਹਾਂਜੀ ਚਲੋ ਬਾਕੀ ਰਮਨ ਭਾਜੀ ਸਾਡੇ ਕੋਲ ਆਏ ਆ ਸਾਨੂੰ ਮਿਲਣ ਵਾਸਤੇ ਤੇ ਰਾਤ ਦੇ ਇੰਜੋਏ ਕਰ ਰਹੇ ਹਾਂ ਬਹੁਤ ਵਧੀਆ ਬਾਕੀ ਬਹੁਤ ਸਾਨੂੰ ਬਹੁਤ ਜਾਣੀ ਕਿ ਨਾ ਮਾਣ ਮਹਿਸੂਸ ਹੋਇਆ ਮਿਲ ਕੇ ਕਿਉਂਕਿ ਅਸੀਂ ਤਾਂ ਬਾਹਰ ਰਹਿੰਦੇ ਸਾਨੂੰ ਪਤਾ ਨਹੀਂ ਸੀ ਯੂਟਿਊਬ ਦੀ ਕਮਾਈ ਅਸਲੀ ਹੈ ਕੀ ਹੈ ਪੈਸਾ ਬੰਦੇ ਸਾਰੇ ਕਮਾਉਂਦੇ ਆ ਆਪਾਂ ਬਾਹਰੋਂ ਵੀ ਕਮਾਉਂਦੇ ਆ ਪਰ ਅਸਲੀ ਯੂਟਿਊਬ ਦੀ ਜਿਹੜੀ ਕਮਾਈ ਭਾਈ ਇੱਥੇ ਆ ਕੇ ਪਤਾ ਲੱਗੀ ਹਾਂ ਜਿਹੜੇ ਰਿਸ਼ਤੇ ਕਮਾਏ ਇਹ ਆ ਸਾਰੇ ਭੈਣ ਭਰਾਵਾਂਗੇ ਇਹੀ ਮੇਰੀ ਅਪੀਲ ਆ ਵੀ ਰਿਸ਼ਤੇ ਫੋਰ ਐਵਰ ਰਮਨ ਭਾਜੀ ਦਾ ਚੈਨਲ ਆ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਤੇ ਬਹੁਤ ਹੀ ਵਧੀਆ ਇਨਸਾਨ ਆ ਕਿਉਂਕਿ ਪਤਾ ਉਦੋਂ ਲੱਗਦਾ ਜਦੋਂ ਮਿਲੀਏ ਕਿਸੇ ਨੂੰ ਬਿਲਕੁਲ ਬਿਲਕੁਲ ਤੇ ਮਿਲਣ ਵਾਸਤੇ ਆਏ ਆ ਨਾਲ ਬੱਚੀਆਂ ਵੀ ਆਈਆਂ ਵਾ ਤੇ ਨਾਲ ਇਹਨਾਂ ਦੇ ਵਾਈਫ ਵੀ ਆਏ ਆ ਭੈਣ ਜੀ ਹੋਣੀ ਬਹੁਤ ਵਧੀਆ ਪਰਿਵਾਰ ਆ ਤੇ
ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਜਾਵਾਂਗੇ ਇਹਨਾਂ ਦੇ ਕੋਲ ਜੇ ਪਰਮਾਤਮਾ ਨੇ काफी यूट्यूब चैनल है सारे जिन्हें भी सक्सेस आप मिले सारे दिल दे है ना कि कह दी दिल दे राजे होंगे दिल खुश हो गया जी मिलके सीधा हिसाब अपना 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 जहा पन लगा कि ओपरा नहीं लगा कि जिन्हें भैन भरा अज सारे चैनल वेखते हैं हाँ जी इन्होंने चैनल वो जो मतलब वेखो सपोर्ट करो रमन भाजी जेडे फिलीपीन रेंदे हम अपनी फैमिली के नाल इथे आए आ इना का जेड़ा पिंड हुशियारपुर हुशियारपुर बहुत वधिया इंसान ने बहुत वधिया लगा इन्हां नूं मिलके अगे तानू फिर इंट्रोड्यूस कराया जांदे आ पवित्र ने पग बांधा है हां जी सत श्री अकाल जी सारयां नूं ते किवें हो ठीक ठाक हो सारे ते मैं तो यही कहना चाहवांगा भी भाजी नाल मिल के बड़ा वधिया लगा कल आपां रोटी पानी छक के प्रशादा पानी छक के ना ते फिरन भी गए ते बड़ा वधिया महसूस होया लगा नहीं भी कोई नवा बंदा है विच इदां लगा भी मतलब पहले रहिंदे आ साडे नाल ते बहुत वधिया लगा भाजी तुहाडे नाल सानूं भाजी भाजी ने एक दो वारी कमेंट भी कीता चैनल दे ते बड़ा अपने आप नूं लगदा यार खुशी हुंदी आ साडे चैनल ते कमेंट कीता सच्ची भाजी सच्ची गल आ अज भाजी नूं मिल रहे हैं ते बहुत वधिया सानूं तुहाडे नाल भी ज्यादा भाजी खुशी होई जदों भाजी चैनल नूं चैनल वाले सपोर्ट करदे आ ना हां जी हां जी जां कमेंट करदे आ ते बहुत वधिया लगदा बहुत करना नहीं चाहिदा फिर लगदा भी जिद्दां ना अपना ਜਿਹੜੀ ਆਪਣੀ ਕਮਿਊਨਿਟੀ ਹੈ ਉਹ ਹੈਲਪ ਕਰਦੀ ਹੈ ਨਾ ਵਧੀਆ ਲੱਗਦਾ ਪਰਿਵਾਰ ਮਤਲਬ ਲੱਗਦਾ ਕਿ ਵਾਕਿਆ ਵੀ ਪਰਿਵਾਰ ਆਪਣਾ ਹਾਂਜੀ ਹਾਂਜੀ ਬਿਲਕੁਲ ਹੈਨਾ ਬਾਕੀ ਜਿੰਨੇ ਵੇਖਦੇ ਹੋ ਵੀ ਸਾਰਾ ਸਾਡਾ ਪਰਿਵਾਰ ਆ ਹਾਂਜੀ ਹਾਂਜੀ ਸਾਰਿਆਂ ਦਾ ਮਿਲ ਕੇ ਹੈਨਾ ਦੇਖੋ ਤੁਹਾਡੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਆ ਤੁਸੀਂ ਪਿਆਰ ਆਪਾਂ ਬਣਾਇਆ ਤਾਂ ਹੀ ਇੱਥੇ ਤੱਕ ਆਏ ਆ ਆਪਾਂ ਤੇ ਅੱਗੇ ਵੀ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਨਾ ਤੇ ਇਦਾਂ ਹੀ ਵਧੀਆ ਵਧੀਆ ਵੀਡੀਓਜ਼ ਸਾਡੇ ਸਾਰੇ ਚੈਨਲਾਂ ਵੱਲੋਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਆਪਣਾ ਇੰਜੋਏ ਕਰੋ ਆਪਾਂ ਤੁਹਾਨੂੰ ਐਂਟਰਟੇਨ ਕਰੀ ਜਾਣਾ ਆ ਮਾਨਪੁਰ ਟੀਵੀ ਰਿਸ਼ਤੇ ਫੋਰਐਵਰ ਦਾ ਪੰਜਾਬ ਸਾਡਾ ਪੰਜਾਬ ਸਹਿਜ ਮਨੀ ਰਘਵੀਰ ਬਲਜੀਤ जिन्हें भी चैनल लिया सारिया दे वीडियो नू देखियो नाले सब्सक्राइब करो रियार टीवी एक नाट टीवी लो जी रौनक पर हुण भराइयां हैं वेखो धीआं आईआं बड़ी खुशी हुई आ बड़िया प्यारियां लगदियां दोवें बच्चियां चलो बेटा चलो ठीक है जी हुण आपां छकणगे प्रशादा ते गल्लां बातां फिर भी बहुत आ करने नूं चलो फिर करांगे जदों मिलांगे फिर ते हुण असीं जा रहे सी इत्थों ते ब्लॉग इत्थे आपां बंद करदे ते अगे मिलदे आं वजा के ठीक है जी लो जी हुण आपां इत्थों रवाना होण लगे आ दा पंजाब दी टीम नूं छड्ड के जाण दिल तां नहीं करदा ते आ लो विक्की भाई हुणी गए सी काम ते हां जी हुण असीं कल्ले रोटी पानी खा के ते हुण असीं चले आं ते कमल भाजी उधर काम लगे उन्होंने बुला के हम आप निकल जाना क्योंकि लेट बहुत ज्यादा हो जाना जी वेट कर लगे ना सारे की ठीक है जी भाभी बहुत बहुत थैंक यू चंगा चली फिर मिलते हैं फिर बाय बाय।